ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਮੌਸਮ ਦੀ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ। ਅੱਜ 3 ਫਰਵਰੀ ਕਿ ਰਾਤ ਦਾ ਮੌਸਮ ਅੱਜ ਕਿਵੇਂ ਦਾ ਰਹੇਗਾ, ਸ਼ਾਮ ਦੇ ਲਗਭਗ 6 ਵਜੇ ਤੋਂ ਲੈ ਕੇ ਕੱਲ੍ਹ ਸਵੇਰ ਤੱਕ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਿਹਾ ਕਿ ਹਲਕੀ ਟੁੱਟਵੀਂ ਬੱਦਲਵਾਈ ਪੰਜਾਬ ਵਿੱਚ ਬਣੀ ਹੋਈ ਹੈ। ਅੱਜ ਦਿਨ ਵੇਲੇ ਕੁਝ ਹਿੱਸਿਆਂ ਵਿੱਚ ਕਿਣਮਿਣ ਵੀ ਹੋਈ ਹੈ, ਧੁੱਪ ਵੀ ਲੱਗੀ ਹੈ। ਸੋ ਰਲਵਾਂ ਮਿਲਵਾਂ ਮਾਹੌਲ ਦੱਸੇ ਜਾਣਕਾਰੀ ਮੁਤਾਬਕ ਅੱਜ ਪੰਜਾਬ ਦੇ ਵਿੱਚ ਰਿਹਾ ਹੈ। ਅਤੇ ਹੁਣ ਗੱਲ ਕਰੀਏ ਦੇਰ ਸ਼ਾਮ ਤੋਂ ਅੱਧੀ ਰਾਤ 11-12 ਵਜੇ ਤੱਕ ਮੌਸਮ ਫਿਲਹਾਲ ਠੀਕ ਠਾਕ ਹੈ। ਕੁਝ ਦੱਖਣ ਪੱਛਮੀ ਹਿੱਸੇ ਜਿਵੇਂ ਫਾਜ਼ਿਲਕਾ ਸਾਈਡ ਦੇ ਇਲਾਕੇ ਹੋ ਗਏ, ਫਰੀਦਕੋਟ, ਮੁਕਤਸਰ ਜਾਂ ਕੁਝ ਫਿਰੋਜ਼ਪੁਰ ਦੇ ਇਲਾਕੇ ਹੋ ਗਏ, ਕੁਝ ਮਾਨਸੇ ਬਠਿੰਡੇ ਦੇ ਇਲਾਕੇ ਬਰਨਾਲੇ ਦੇ, ਸੋ ਇਹ ਹਿੱਸਿਆਂ ਦੇ ਵਿੱਚ ਦੇਰ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਬੱਦਲਵਾਈ ਦਰਮਿਆਨੀ ਦੇਖਣ ਨੂੰ ਮਿਲ ਸਕਦੀ ਹੈ ਅਤੇ ਕਿਣਮਿਣ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੋਣ ਦੇ ਚਾਂਸ ਬਣੇ ਹੋਏ ਨੇ। ਬਾਕੀ ਹਿੱਸਿਆਂ ਵਿੱਚ ਮੌਸਮ ਹਲਕੀ ਫੁਲਕੀ ਬੱਦਲਵਾਈ ਨਾਲ ਠੀਕ ਠਾਕ ਬਣਿਆ ਰਹੇਗਾ, ਕੋਈ ਮੀਂਹ ਦੇ ਆਸਾਰ ਨਹੀਂ ਹਨ। ਬਾਕੀ ਅੱਧੀ ਰਾਤ ਤੱਕ ਕੋਈ ਜ਼ਿਆਦਾ ਤਕੜੀਆਂ ਕਾਰਵਾਈਆਂ ਹੋਣ ਦੇ ਚਾਂਸ ਵੀ ਘੱਟ ਹੀ ਨੇ ਅਤੇ ਅੱਧੀ ਰਾਤ ਤੋਂ ਬਾਅਦ ਇਹ ਸਿਸਟਮ ਦਾ ਪ੍ਰਭਾਵ ਥੋੜ੍ਹਾ ਜਿਹਾ ਹੋਰ ਜ਼ਿਆਦਾ ਵਧੇਗਾ ਅਤੇ ਫਿਰ ਬੱਦਲਵਾਈ ਸੰਘਣੀ ਹੋਵੇਗੀ ਅੱਧੀ ਰਾਤ ਤੋਂ ਬਾਅਦ ਤੜਕੇ ਸਮੇਂ ਦੇ ਆਸ ਪਾਸ ਅਤੇ ਕੁਝ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਪਾਂ ਨੂੰ ਮੀਂਹ ਦੇ ਤੇਜ਼ ਛਰਾਟੇ ਦੇਖਣ ਨੂੰ ਮਿਲ ਸਕਦੇ ਨੇ। ਇਹ ਬੱਦਲਵਾਈ ਲਗਭਗ ਸਾਰੇ ਪੰਜਾਬ ਦੇ ਉੱਪਰ ਦੀ ਗੁਜ਼ਰੇਗੀ, ਪਰ ਦੱਖਣੀ ਅਤੇ ਪੱਛਮੀ ਖੇਤਰ ਹੋਣਗੇ ਜਿਹੜੇ ਪੰਜਾਬ ਦੇ, ਉਹ ਥੋੜ੍ਹੇ ਜਿਹੇ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਨੇ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ, ਜਿਹਦੇ ਵਿੱਚ ਜਿਵੇਂ ਆਪਾਂ ਇਲਾਕੇ ਦੱਸੇ ਨੇ ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ ਦੇ ਹਿੱਸੇ ਹੋ ਗਏ, ਮਾਨਸਾ, ਬਠਿੰਡਾ, ਬਰਨਾਲਾ ਦੇ ਇਲਾਕੇ ਹੋ ਗਏ, ਕੁਝ ਭਾਗ ਫਿਰੋਜ਼ਪੁਰ ਦੇ ਹੋ ਗਏ, ਇਸ ਤੋਂ ਇਲਾਵਾ ਲੁਧਿਆਣੇ ਤੱਕ ਦੇ ਇਲਾਕੇ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਪਟਿਆਲੇ ਦੇ ਇਲਾਕੇ, ਚੰਡੀਗੜ੍ਹ ਸਾਈਡ ਦੇ ਇਲਾਕੇ ਹੋ ਗਏ। ਸੋ ਇਹ ਹਿੱਸੇ ਨੇ ਜਿਹੜੇ ਜ਼ਿਆਦਾ ਪ੍ਰਭਾਵਿਤ ਹੋਣਗੇ ਕੱਲ੍ਹ ਨੂੰ, ਲਗਭਗ ਅੱਧੀ ਰਾਤ ਤੋਂ ਬਾਅਦ ਤੋਂ ਲੈ ਕੇ ਕੱਲ੍ਹ ਦੁਪਹਿਰ ਤੱਕ ਇਹ ਸਿਸਟਮ ਦਾ ਜਿਹੜਾ ਜ਼ੋਰਦਾਰ ਅਸਰ ਉਹ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਅਤੇ ਕਈ ਹਿੱਸਿਆਂ ਵਿੱਚ ਗੜੇਮਾਰੀ ਹੋਣ ਤੋਂ ਵੀ ਇਨਕਾਰ ਨਹੀਂ ਹੈ ਕਿਉਂਕਿ ਟੈਂਪਰੇਚਰ ਘੱਟ ਨੇ। ਸੋ ਅਜਿਹੇ ਦੇ ਵਿੱਚ ਗੜੇਮਾਰੀ ਦੇ ਹਾਲਾਤ ਫਿਰ ਤੋਂ ਇੱਕ ਵਾਰ ਬਣ ਸਕਦੇ ਨੇ। ਬਾਕੀ ਇਲਾਕਿਆਂ ਦੇ ਵਿੱਚ ਜਿਵੇਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਸਾਈਡ ਦੇ ਇਲਾਕੇ ਹੋ ਗਏ, ਦੁਆਬੇ ਦਾ ਖੇਤਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ ਸਾਹਿਬ ਦੇ ਹਿੱਸੇ, ਮਾਝੇ ਦਾ ਖੇਤਰ ਹੋ ਗਿਆ ਅਤੇ ਨੰਗਲ, ਅਨੰਦਪੁਰ ਸਾਹਿਬ ਦੇ ਇਲਾਕੇ ਹੋ ਗਏ, SBS ਨਗਰ ਦੇ ਪਹਾੜੀ ਖੇਤਰਾਂ ਦੇ ਨੇੜਲੇ ਇਲਾਕੇ, ਇਹਨਾਂ ਇਲਾਕਿਆਂ ਵਿੱਚ ਵੀ ਅੱਧੀ ਰਾਤ ਤੋਂ ਬਾਅਦ ਹੀ ਮੌਸਮ ਦੀ ਹਲਚਲ ਦੇਖਣ ਨੂੰ ਮਿਲੇਗੀ ਅਤੇ ਕਈ ਭਾਗਾਂ ਵਿੱਚ ਗਰਜ ਚਮਕ ਨਾਲ ਮੀਂਹ ਹਲਕੇ ਤੋਂ ਲੈ ਕੇ ਦਰਮਿਆਨਾ ਦੇਖਣ ਨੂੰ ਮਿਲੇਗਾ, ਕੁਝ ਹਿੱਸਿਆਂ ਵਿੱਚ ਕਿਣਮਿਣ ਵੀ ਲੰਬੇ ਘੰਟਿਆਂ ਤੱਕ ਹੋ ਸਕਦੀ ਹੈ। ਹਵਾਵਾਂ ਬਾਕੀ ਪੂਰਬੀ ਦਿਸ਼ਾ ਤੋਂ ਵਾਪਸੀ ਕਰ ਰਹੀਆਂ ਨੇ, ਰਫ਼ਤਾਰ ਰਾਤ ਦੇ ਸਮੇਂ ਕੋਈ ਜ਼ਿਆਦਾ ਨਹੀਂ ਹੈ ਪਰ ਅੱਧੀ ਰਾਤ ਤੋਂ ਬਾਅਦ ਹਵਾਵਾਂ ਥੋੜ੍ਹੀ ਜਿਹੀਆਂ ਰਫ਼ਤਾਰ ਫੜਨੀਆਂ ਸ਼ੁਰੂ ਕਰ ਦੇਣਗੀਆਂ ਅਤੇ ਕੱਲ੍ਹ ਦਿਨ ਦੇ ਵੇਲੇ ਫਿਰ ਦਰਮਿਆਨੀ ਤੋਂ ਹਲਕੀ ਤੇਜ਼ ਰਫ਼ਤਾਰ ਦੀਆਂ ਪੂਰਬੀ ਹਵਾਵਾਂ ਵਗਣ ਦੇ ਚਾਂਸ ਨੇ।